आकाशवाणी जम्मू है हुन तुस विजय बजाज कोला खबरاں سنو जम्मू कश्मीर केंद्र शासित प्रदेश दी विधानसभा दा पहला पहला اجلاس ਅਜਤਮਸ਼ਟਰ ਨਗਰ ਚ ਸ਼ੁਰੂ ਹੋਇ ਗਿਆ ਹੈ نیشنل ਕਾਨਫਰੰਸ ਦੇ ਵરિਸ਼ ਨੇਤਾ ਅਬਦੁਲ ਰਹੀਮ ਰਾਥਰੋ ਰੰਗੀ ਸਭ ਨੇ ਦੀ ਸਹਿਮਤੀ ਕਨੇ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਰਾਥਰੋ ਰੇ ਦੀਸ਼ਾ ਪਹਿਲੇ ਜੰਮੂ ਕਸ਼ਮੀਰ ਚ ਬਤੌਰ ਖਜ਼ਾਨਾ ਮੰਤਰੀ ਵੀ ਆਪਣੀਆਂ ਸੇਵਾਵਾਂ ਦੇ ਚੁਕੇ ਦਿੰ ਮੁੱਖ ਮੰਤਰੀ ਉਮਰ ਅਬਦੁੱਲੋਹ ਨੇ ਅਬਦੁਲ ਰਹੀਮ ਰਾਥਰੂ ਰੰਗੀ ਅਸੈਂਬਲੀ ਦਾ ਸਪੀਕਰ ਚੁਣੇ ਜਾਣੇ ਪਰ ਮੁਬਾਰਕਬਾਦ ਦਿੱਤੀ। ਉਹਨੇ ਆਖਿਆ ਜਿਉਂਨੇ ਗਿਸ ਕੱਲੇ ਦੀ ਖੁਸ਼ੀ ਹੈ ਜਿਸ ਸਪੀਕਰ ਦੇ ਅਹੁਦੇ ਲਈ ਰਾਥਰੂ ਦੇ ਨਾਮ ਦਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਤੇ ਸਭ ਨੇ ਦੀ ਸਹਿਮਤੀ ਕਨੇ ਉਹਨੇ ਗਿਸ ਸਪੀਕਰ ਚੁਣੀ ਲਤਾ ਗਿਆ। ਲੈਫਟੇਨੈਂਟ ਗਵਰਨਰ ਮਨੋਤ ਜਨੌਰ ਨੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਧਾਨ ਸਭਾ ਦੇ ਪਹਿਲੇ ਪਹਿਲੇ اجلاس ਕੀ ਅੱਜ ਸੰਬੋਧਿਤ ਕੀਤਾ। ਇਸ ਮੌਕੇ ਉਹਨੇ ਆਖਿਆ ਜਿਉ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨੇ ਤੇ ਪ੍ਰਦੇਸ਼ ਦੇ ਲੋਕਾਂ ਦੇ ਸਸ਼ਕਤੀਕਰਨ ਲਈ ਉਮਰ ਅਬਦੁੱਲਾਹ ਦੀ ਸਰਕਾਰ ਦੇ ਪ੍ਰਸਤਾਵ ਕੀ ਆਪਣਾ ਪੂਰਾ ਪੂਰਾ ਸਮਰਥਨ ਦੇਣਾ ਉਹਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰੀ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨੇ ਦਾ ਵਚਨ ਦੇ ਚੁਕੇ ਦਿੰ ਇਹਦੇ ਇਲਾਵਾ ਉਹਨੇ ਪ੍ਰਦੇਸ਼ ਚ ਖੇਡਨੀ ਸਰਬੰਦੀ ਟਾਂਚੇਗੇ ਤਗੜਾ ਬਣਾਉਣੇ ਦੀ ਗੱਲ ਵੀ ਆਖੀ ਮਕਾਮੀ ਕਾਰੀਗਰਾਂ ਦੇ ਉਨਰਗੀ ਬੜਾਵਾ ਦੇਣ ਲਈ ਉਹਨੇ ਆਖਿਆ ਜੇ ਪ੍ਰਦੇਸ਼ ਦੇ ਅਰਥ ਖੱਡੀ ਸੈਕਟਰ ਕੀ ਵੀ ਪੱਕ ਗਿਆ ਉਬੜਾ ਚੁੱਕਿਆ ਜਾਗ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਧਾਨ ਸਭਾ ਦੇ ਅੱਜ ਦੇ ਪਹਿਲੇ اجلاس ਦੇ ਪਹਿਲੇ ਗਦਨ ਪੀਡੀਪੀ ਦੇ ਵਿਧਾਇਕ ਵਹੀਦੁਰ ਰਹਿਮਾਨ ਪਰਰ ਉਹਨੇ ਦਫਾ 370 ਬਾਲ ਕਰਨ ਦਾ ਪ੍ਰਸਤਾਵ ਸਦਨ ਚ ਪੇਸ਼ ਕੀਤਾ ਜਿਸ ਤੇ ਪਰ ਬੀਜੇਪੀ ਦੇ ਵਿਧਾਇਕ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ ਬੀਜੇਪੀ ਦੇ ਵਿਧਾਇਕ ਨੇ ਸਪੀਕਰ ਨੂੰ ਰਿੰਗੀ ਗੁਜ਼ਾਰਿਸ਼ ਕੀਤੀ ਜੇ ਉਹ ਇਸ ਪ੍ਰਸਤਾਵ ਕੀ ਖਾਰਜ ਕਰੀ ਦੇਨ ਉਨਾ ਸਪੀਕਰ ਉਹਨਾਂ ਕਿਹਾ ਜਿਵੇਂ ਇਹਦੀ ਜਾਂਚ ਕਰੀਏ ਮਗਰ ਇਸ ਪਰ ਕੋਈ ਫੈਸਲਾ ਲੈਂਗਨ ਇਸ ਤਰ੍ਹਾਂ ਸਦਮ ਚ ਅੰਗਾਮੀ ਦੀ ਸਥਿਤੀ ਬਰੋਬਰ ਬਣੀਦੀ ਰਹੀ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਵરિਸ਼ ਨੇਤਾ ਨਰਿੰਦਰ ਮੋਦੀ ਉੰਦਾ ਬੀਜੇਪੀ ਦੀ ਅਗਵਾਈ ਯਲੇ ਐਨਡੀਏ ਮੇਦਵਾਰੇ ਦੇ ਅਕੈਚ ਸਮਰਥਨ ਜੁਟਾਣੇ ਲਈ ਅੱਜ ਝਾਰਖੰਡ ਚ ਦੋ ਚਨਾਵੀਆਂ ਰੈਲੀਂ ਗੀ ਸੰਬੋਧਿਤ ਕਰਨੇ ਦਾ ਕਾਰਜਕ੍ਰਮ ਹੈ ਪਹਿਲੀ ਰੈਲੀ ਘਰਾਵਾ ਚੋਆ ਕਰਦੀ ਹੈ ਜਿਸ ਲੇ ਕੇ ਦੂਈ ਰੈਲੀ ਦੁਪਹਿਰੀ ਮਗਰਾ ਚਾਏਬਾਸਾ ਚੋਨੀ ਹੈ झारखंड च असेंबली चुनाव दे ऐलान दे मगराज प्रधानमंत्री और पहली बारी उथे चुनावी रैलियां करर दन झारखंड च असेंबली दे चुनाव दाऊं चरणे 13 नवंबर ते 20 नवंबर की करवाए जाने न रेल मंत्री अश्विनी वैष्णव ने आख्या जे नई तकनीक के दे इस्तेमाल नई आधुनिक ट्रेन ने दी शुरुआत ते अगले बरे बिजलीकरण पूरा होने दे कने गए देश पर अच अगले 5 थमा 7 सितंबर दे अंदर रेल यात्रा दे अनुभव च बड़े बदलावों ने आले न वैष्णवपुर कलसनिया कोझीकोट च एक मीडिया कार्यक्रम ਦਾ ਉਦਘਾਟਨ ਕਰ ਹਰ ਦੇਖੇ ਉਨ੍ਹਾਂ ਆਖਿਆ ਜੀ ਅੰਮ੍ਰਿਤ ਭਾਰਤ ਸਟੇਸ਼ਨ ਪਰਤੀਏ ਵਿਕਾਸ ਵਾਲੀ ਯੋਜਨਾ ਦੇ ਤਹਿਤ 1 ਲੱਖ ਕਰੋੜ ਰੁਪਏ ਦੀ ਲਾਗਤ ਕਨ 1334 ਸਟੇਸ਼ਨਾਂ ਦਾ ਪਰਤੀਏ ਵਿਕਾਸ ਕੀਤਾ ਜਾ ਰਿਹਾ ਹੈ ਜਿੰਦੇ ਚਾ 1100 ਸਟੇਸ਼ਨਾਂ ਪਰ ਨਿਰਮਾਣ ਕੰਮ ਪ੍ਰਗਤੀ ਪਰ ਹੈ ਉਨੇ ਆਖਿਆ ਕਿ ਪਰ ਦੀ ਵੱਡੀ ਰਚਨਾਤਮਕ ਸਮਰਥਾ ਦਾ ਇਸਤੇਮਾਲ ਕਰਨ ਲਈ ਸਰਕਾਰ ਦੇਸਾ ਦੇ ਬਕਬਕੀ ਸਿੰਘ ਭਾਰਤੀ ਰਚਨਾਤਮਕ ਪ੍ਰੋद्योगिकी ਦੀ ਸੰਸਥਾ ਨੇ ਦੀ ਸ਼੍ਰੰਖਲਾ ਸਥਾਪਿਤ ਕਰਨ ਦੀ ਯੋਜਨਾ ਬਣਾ ਕਰਦੀ ਹੈ। ਉਹਨੇ ਐਲਾਨ ਕੀਤਾ ਕਿ ਕੋਜੀਕੋਡ ਰੇਲਵੇ ਸਟੇਸ਼ਨ ਦੇ ਨੇੜੇ ਸੂਚਨਾ ਟੈਕਨੋਲੋਜੀ ਦਾ ਕੇਂਦਰ ਵਿਕਸਿਤ ਕੀਤਾ ਜਾਗ। ਭਾਰਤੀ ਰੇਲਵੇ ਆਸਿਆ ਅੱਜ ਦਿੱਲੀ ਐਨਸੀਆਰ ਤੋਂ ਮੂਲਕਾ ਦੇ ਬਕਬਕੀ ਸਿੰਘ ਲਈ ਪੰਜੀ ਵਿਸ਼ੇਸ਼ ਤਿਆਰੀ ਰੇਲ ਗੱਡੀਆਂ ਚਲਾਈਆਂ ਜਾਂਦੀਆਂ। ਇਨ ਦਿੱਚ ਸਹਿਰਸਾ ਵਾਰਣਸੀ ਅਜੋਧਿਆ ਲਖਨਊ ਪਟਨਾ ਮੁਜ਼ਫਰਪੁਰ ਗੋਰਖਪੁਰ ਪ੍ਰਿਆਗਰਾਜ ਦਰਭੰਗਾ ਇਨ ਦੌਰ ਤੇ ਥਰੂ ਵਿਨੰਤਪੁਰਮ ਸਟੇਸ਼ਨ ਚਾਂਬਲਨ ਰੇਲਵੇ ਮੁਜੇ 6ਠ ਪੂਜਾ ਦਰਨ ਲੋਕਾਂ ਦੀ ਵਿਵਸਥਿਤ ਟੰਗਾ ਸਿਰ ਆਉ ਜਾਈ ਲਈ ਜੰਦੀ 2 ਨਵੰਬਰ ਚ ਲਈ ਹੈ ਆਨ ਦੀ 8 ਨਵੰਬਰ ਤੋੜੀ 145 ਬਾਦੂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਕਰਦੀਆਂ ਜੰਦੀ ਚੇਰੇ ਰਾਤੀ ਖਲੈਨੀ ਨਾਲੇ ਕਾਸ਼ੋਏ ਦੇ ਛੜਕਾ ਸਿਜ ਦਉ ਸੱਕੇ ਪ੍ਰਾਇ ਦੀ ਮੌਤ ਹੋਈ ਗਈ ਮਾਰੇ ਕੀਤੇ ਦੋਨੇ ਪ੍ਰਾ ਜਰਨਲਿਸਟ ਛਿੜਕੇ ਤੇ ਟਾਂਚਾ ਗਤ ਵਿਕਾਸ ਸਰਬੰਧੀ ਰਾਸ਼ਟਰੀ ਕਾਰਪੋਰੇਸ਼ਨ NHAI DCL ਲਈ ਕੰਮ ਕਰਦੇ ਸੀ ਤੇ ਡੋਡਾ ਥਮਾ ਖਲੈਣੀ ਆਪਣੇ ਕਰੇਗੀ ਪ੍ਰਤੂਾਰ ਦੇਗੇ ਜਿਸ ਲਈ ਉਹਦੀ ਗੱਡੀ ਛਿੜਕਿਆ ਸ਼ਰੁਲਕੀ ਹੈ ਇਹ ਇੱਕ ਗਹਿਰੀ ਖਾਈ ਚ ਜਾਈ ਡਿੱਗੀ ਦੋਨੇ ਜਨਨ ਦੀ ਮੌਕੇ ਪਰ ਗੈ ਮੌਤ ਹੋਈ ਗਈ ਉੰਦੀ ਪਛਾਣ ਖਲੈਣੀ ਦੇ ਬਸਨੀਕ ਠਾਈਏ ਬਰਿੰਦੇ ਮੁਕੇਸ਼ ਤੇ 24 ਬਰਿੰਦੇ ਪਵਨ ਦੇ ਤੌਰ ਪਰ ਕੀਤੀ ਗਈ ਹੈ ਪੁਲਸਾ ਇਸ ਸਰਬੰਧਾ ਚ ਮਾਮਲਾ ਦਰਜ ਕਰੀ ਲਤਾ ਹੈ ਪੁਨਛ ਦੇ ਡਿਪਟੀ ਕਮਿਸ਼ਨਰ ਵਿਕਾਸ ਗੁੰਡਲੋਰੇ ਕੱਲ ਬਨਵਤ ਗੁੰਡੀ ਨਾਈਆਂ ਦਾ ਦੌਰਾ ਲਾਈ ਹੈ ਉੱਥੇ ਜਲ ਜੀਵਨ ਮਿਸ਼ਨ ਦੇ ਜਾਰੀ ਕੰਮੇ ਦਾ ਨਿਰੇਕਸ਼ਨ ਕੀਤਾ ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਹੋਰੇ ਗਿੱਦਸਿਆ ਗਿਆ ਜੇ ਇਸ ਯੋਜਨਾ ਤਹਿਤ ਤਕਰੀਬਨ ਸਭਨੇ ਪਰਵਾਰਾਂ ਕੀ ਪਾਣੀ ਦੇ ਕਨੈਕਸ਼ਨ ਦੇ ਦਿੱਤੇ ਗਏ ਨੇ ਕਿਸਤਵਾਰਚ 10 ਨਵੰਬਰ ਕੀ ਲਗਨੇ ਵਾਲੇ ਸ਼ਾਹ ਅਸਰਾਰਉਦ-ਦੀਨ ਸਾਬੂਨ ਦੇ ਸਾਲਾਨਾ ਉਰਸ ਲਈ ਤਿਆਰੀਆਂ ਕੀ ਮੁਕਦਾ ਰੂਪ ਦੇਣੇ ਵਾਸਤੇ ਕੱਲ ਮਹਿਕਮਾ ਮਾਲ ਦੇ ਸਹਾਇਕਾਇਕੁਕਤ ਇਦ੍ਰਿਸ ਲੋਨੋਰੇ ਸਰਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਇੱਕ ਬੈਠਕ ਸੱਦੀ। ਉਹਨੇ ਉਰਸ ਕੀ ਪੂਰੀ ਚਾਲੀ ਰਮਾਨਦਾਰੀ ਤੇ ਬਵਸਥਾ ਲਈ ਟੰਗਾ ਸਿਰ ਤੋੜ ਚਾੜਨੇ ਲਈ ਸੁਰੱਖਿਆ ਤੇ ਉਰਦੂ ਦੇ ਬੰਦੋਬਸਤ ਸਮੇਂ ਸਿਰ ਕਰੀ ਲੈਣੇ ਦੇ ਨਿਰਦੇਸ਼ ਦਿੱਤੇ। ਇਤੇ ਕੰਨੇ ਗਏ ਖਬਰੇ ਦਾ ਇਹ ਬੁਲੇਟਿਨ ਸਮਾਪਤ ਹੁਆ।